तेरी याद विच प्रीतम मेरिया मैं पागलां दे वांग हो गया। याद विच प्रीतम पागलां दे वांग हो गया। तेरी याद विच प्रीतम याद विच प्रीतम मेरिया पागलां दे वांग हो गया जी। तेरी याद विच प्रीतम मेरिया मैं पागलां दे वांग हो गया। मेरे प्यारे पागलां दे वांग हो गया जी। वाह 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 मैं पागलां दे वांग हो गया। वाह 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 पागलां दे वांग हो गया। वाह 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 पागलां दे वांग हो गया। याद विच प्रीतम मेरिया प्रीतम मेरिया पागलां दे वांग हो गया। याद विच प्रीतम मेरिया पागलां दे वांग हो गया। कबीर बिरे बिरंगम मन बता मंतन मन कोय राम बिहकी ना जिए जिए तमरा होए। लोग कहे कबीर बुराना कबीर का मर्म राम पर जाना।
छड़ दे उड़ीकानू तैनू पैगाम नहीं आउना तेरे लई शाम हो सकती है उस शाम नहीं आउना तेरी मौत हो सकती तैनू आराम नहीं आउना तेरे इस विछोड़े नालों सन मरना चंगा थी तेरे इस विछोड़े नालों सन मरना चंगा थी चंगा थी सन मरना चंगा थी मरना चंगा थी सन मरना चंगा थी मरना चंगा थी तन मरना चंगा थी छोड़ना नू मरना चंगा थी तेरे ए तू छोड़ना नू सानू मरना चंगा थी छोड़ा सुने दुख बिन डिठे मरियोत बाज प्यारे अपने बिरही ना तिरोत जिस प्यारे सुने हो तिस आगे मर चली है त्रिग जीवन संसार ताके पाछे जीवना परम सत्कार योग जुगो जुग अटल तन तन साहब श्री गुरु ग्रंथ महाराज जी दी पावन पवित्र उच्ची सुची ते निगी गोदा आनंद मान रही गुरु रूप गुरु सारी सत्संग जीओ जिथे आप जी माई भाई सारे ही प्रेमी जन दूर नेड़े आपो अपनी दुनियावी तंदे तंदारां तो छुटकारा पा करके साहब श्री गुरु ग्रंथ महाराज जी दी पावन पवित्र गोदी विच बैठ के अपनी जिंदगी दियां अपने जीवन दियां अमोलक घड़ियां नूं गुरु पातशाह जी दे चरणां विच लगा के सफलियां करन दी खेचला जानी कृपालता कर रहे हो उत्थे धन धन संत बाबा ईशर सिंह महाराज राड़ा साहब वालियां दी पावन पवित्र याद विच बैठे हो गुरु की संगत संत महाराज अपनी मिसाल आप सन बड़े बड़े महापुरश कमाइया वाले साधु अपने अपने प्रवचना राही बचना राही संगत दियां हिरदे रूपी झोलियां नूं गुरबाणी दे गुरमत दे बचना राही भर के गए हैं संत बाबा अवतार सिंह धूलकुट वाले संत बाबा अमरीक सिंह पंज भैणियां संत बाबा पंजाब सिंह जी संत बाबा दरबारा सिंह रोही सर वाले संत मोहन सिंह जी
ਭੇਵੇ ਵਾਲੇ ਜਿਨ੍ਹਾਂ ਦੇ ਸਤਿਕਾਰ ਵਾਸਤੇ ਤਾਂ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ। ਇਹਨਾਂ ਮਹਾਂਪੁਰਸ਼ਾਂ ਦੇ ਆਪ ਜੀ ਨੇ ਬਚਨ ਸੁਣੇ। ਸੰਤ ਮਹਾਰਾਜ ਦਾ ਜੀਵਨ ਜਿਵੇਂ ਸੂਰਜ ਆਪਣੀ ਮਿਸਾਲ ਆਪ ਹੈ, ਕਈ ਚੀਜ਼ਾਂ ਦੀ ਤੁਲਨਾ ਹੋ ਜਾਂਦੀ ਹੈ। ਬੰਦਿਆਂ ਦੇ ਬੰਦਿਆਂ ਨਾਲ ਚਿਹਰੇ ਮਿਲ ਜਾਂਦੇ, ਬੰਦਿਆਂ ਦੇ ਬੰਦਿਆਂ ਨਾਲ ਕਈ ਵਾਰੀ ਕੱਦ ਵੀ ਮਿਲ ਜਾਂਦੇ, ਰੂਪ ਰੰਗ ਮਿਲ ਜਾਂਦੇ। ਕਈ ਵਾਰੀ ਗੁਰੂ ਕੀ ਸੰਗਤ ਗਹਿਣਿਆਂ ਨਾਲ ਗਹਿਣੇ ਮਿਲ ਜਾਂਦੇ, ਕਈ ਵਾਰੀ ਕੱਪੜੇ ਨਾਲ ਕੱਪੜਾ ਮੇਲ ਖਾ ਜਾਂਦਾ, ਕਿਸੇ ਵਸਤੂ ਨਾਲ ਕੋਈ ਵਸਤੂ ਮੇਲ ਖਾ ਜਾਂਦੀ। ਪਰ ਸੰਤ ਜੀ ਮਹਾਰਾਜ ਉਹ ਹਸਤੀ ਸੀ ਜੋ ਆਪਣੀ ਮਿਸਾਲ ਆਪ ਸਨ। ਸੂਰਜ ਦੀ ਤੁਲਨਾ ਕਿਹਦੇ ਨਾਲ ਕਰੋਗੇ? ਚੰਦਰਮਾ ਦੀ ਤੁਲਨਾ ਕਿਹਦੇ ਨਾਲ ਕਰੋਗੇ? ਇੱਕ ਬਲਬ ਦੀ ਤੁਲਨਾ ਬਲਬ ਦੇ ਨਾਲ ਹੋ ਸਕਦੀ? ਇੱਕ ਬਿਜਲੀ ਦੀ ਟਿਊਬ ਦੀ ਤੁਲਨਾ ਦੂਜੀ ਬਿਜਲੀ ਦੀ ਟਿਊਬ ਨਾਲ ਹੋ ਸਕਦੀ? ਇੱਕ ਮਿੱਟੀ ਦੇ ਤੇਲ ਦੀ ਤੁਲਨਾ ਦੂਜੇ ਮਿੱਟੀ ਦੇ ਤੇਲ ਦੇ ਦੀਵੇ ਨਾਲ ਹੋ ਸਕਦੀ? ਇੱਕ ਮਿੱਟੀ ਦੇ ਤੇਲ ਦੇ ਦੀਵੇ ਦੀ ਤੁਲਨਾ ਦੂਜੇ ਮਿੱਟੀ ਦੇ ਤੇਲ ਦੇ ਦੀਵੇ ਨਾਲ ਹੋ ਸਕਦੀ? ਇੱਕ ਕੋਠੀ ਦੀ ਤੁਲਨਾ ਮਕਾਨ ਦੀ ਤੁਲਨਾ ਦੂਜੇ ਮਕਾਨ ਨਾਲ ਹੋ ਸਕਦੀ? ਪਰ ਸਮੁੰਦਰ ਦੀ ਤੁਲਨਾ ਤਾਂ ਕਿਸੇ ਦਰਿਆ ਨਾਲ ਨਹੀਂ ਹੋ ਸਕਦੀ। ਨਦੀ ਦੀ ਤੁਲਨਾ ਕਿਸੇ ਨਦੀ ਨਾਲ ਹੋ ਸਕਦੀ? ਸਮੁੰਦਰ ਦੀ ਤੁਲਨਾ ਤਾਂ ਕਿਸੇ ਸਮੁੰਦਰ ਦੀ ਤੁਲਨਾ ਤਾਂ ਕਿਸੇ ਨਦੀ ਨਾਲੇ ਜਾਂ ਦਰਿਆ ਨਾਲ ਨਹੀਂ ਹੋ ਸਕਦੀ। ਸਮੁੰਦਰ ਆਪਣੀ ਮਿਸਾਲ ਆਪ ਹੈ, ਸੂਰਜ ਆਪਣੀ ਮਿਸਾਲ ਆਪ ਹੈ, ਚੰਦਰਮਾ ਆਪਣੀ ਮਿਸਾਲ ਆਪ ਹੈ। ਸਤਸੰਗ ਜੀ, ਚੰਦਰਮਾ ਦੀ ਤੁਲਨਾ ਕਿਸੇ ਹੋਰ ਨਾਲ ਨਹੀਂ ਹੋ ਸਕਦੀ। ਸੂਰਜ ਆਪਣੀ ਮਿਸਾਲ ਆਪ ਹੈ। ਸਤਸੰਗ ਜੀ, ਹੋਰ ਚੀਜ਼ਾਂ ਕਿਸੇ ਦੇ ਆਸਰੇ ਖੜੀਆਂ ਨੇ, ਪਰ ਸੂਰਜ ਕਿਸੇ ਦੇ ਆਸਰੇ ਨਹੀਂ ਖੜਾ। ਸੂਰਜ ਛਿਪ ਜਾਂਦਾ, ਲੋਕੀ ਕਹਿੰਦੇ ਸੂਰਜ ਡੁੱਬ ਗਿਆ। ਸੂਰਜ ਕਦੇ ਡੁੱਬਦਾ ਹੀ ਨਹੀਂ। ਇਨਸਾਨ ਦਾ ਇਤਿਹਾਸ ਦੱਸਦਾ ਕਿ ਅੰਗਰੇਜ਼ ਦੇ ਰਾਜ ਵਿੱਚ ਕਦੇ ਸੂਰਜ ਨਹੀਂ ਸੀ ਛਿਪਦਾ। ਇੱਕ ਵਾਰੀ ਕਹਿ ਦਿਓ ਵਹਿਰੂ, ਇੱਕ ਦਿਨ ਸਾਰੀ ਦੁਨੀਆਂ ਦੇ ਉੱਤੇ ਅੰਗਰੇਜ਼ ਰਾਜ ਛਾ ਗਿਆ ਸੀ, ਅੰਗਰੇਜ਼ ਦੇ ਰਾਜ ਵਿੱਚ ਕਦੇ ਸੂਰਜ ਨਹੀਂ ਸੀ ਛਿਪਦਾ। ਇੱਥੇ ਦਿਨ ਚੜ੍ਹਨ 'ਤੇ ਜਾ ਰਿਹਾ, ਅਮਰੀਕਾ, ਕਨੇਡਾ, ਇੰਗਲੈਂਡ ਵਰਗੇ ਕੰਟਰੀਆਂ 'ਚ ਰਾਤ ਪੈਣ 'ਤੇ ਜਾ ਰਹੀ ਹੈ। ਇੱਥੇ ਸੂਰਜ ਕੁਝ ਹੇਰ ਫੇਰ ਹੁੰਦਾ, ਸੂਰਜ ਆਕਾਸ਼ ਵਿੱਚ ਰਹਿੰਦਾ, ਆਕਾਸ਼ ਦੇ ਵਿੱਚ ਰਹਿੰਦਾ ਹੋਇਆ ਥੋੜ੍ਹੇ ਜਿਹੇ ਸਮੇਂ ਲਈ ਅਲੋਪ ਹੋ ਜਾਂਦਾ। ਸੂਰਜ ਹਮੇਸ਼ਾ ਆਕਾਸ਼ 'ਚ ਰਹਿੰਦਾ। ਸੰਤ ਮਹਾਰਾਜ ਸਾਰੀ ਜ਼ਿੰਦਗੀ, ਗੁਰੂ ਕੀ ਸੰਗਤ, ਉਹਨਾਂ ਦਾ ਸਾਰਾ ਜੀਵਨ ਉਹ ਨਿਰੰਕਾਰ ਰੂਪ ਸਨ। ਨਿਰੰਕਾਰ ਗੁਰੂ ਕੀ ਸੰਗਤ ਨਿਰੰਕਾਰ ਵਿੱਚ ਅਭੇਦ ਰਹੇ। ਸੋਨਾ ਸੋਨੇ ਵਿੱਚ ਤੋਂ ਬਣੀਆਂ ਚੀਜ਼ਾਂ ਜਿਵੇਂ ਸੋਨਾ ਹੋਇਆ ਕਰਦਾ, ਵੇਖਣ ਦਾ ਫਰਕ ਹੁੰਦਾ। ਸੂਰਜ ਸੂਰਜ ਦੀਆਂ ਕਿਰਨਾਂ ਵਿੱਚ ਕੋਈ ਫਰਕ ਨਹੀਂ ਹੋਇਆ ਕਰਦਾ। ਲੱਕੜੀ ਤੇ ਲੱਕੜੀ ਤੋਂ ਬਣੀਆਂ ਵਸਤੂਆਂ ਵਿੱਚ ਬਣਤਰ ਦਾ ਫਰਕ ਹੁੰਦਾ। ਲੱਕੜੀ ਵੀ ਲੱਕੜੀ, ਲੱਕੜੀ ਤੋਂ ਬਣੀਆਂ ਵਸਤੂਆਂ ਵੀ ਲੱਕੜੀ, ਜਿਵੇਂ ਦਰਿਆ ਤੇ ਦਰਿਆ ਦੇ ਪਾਣੀ ਦੀਆਂ ਲਹਿਰਾਂ ਵਿੱਚ ਕੋਈ ਫਰਕ ਨਹੀਂ ਹੋਇਆ ਕਰਦਾ। ਪਾਣੀ ਵੀ ਪਾਣੀ, ਦਰਿਆ ਦਾ ਪਾਣੀ ਵੀ ਪਾਣੀ ਤੇ ਪਾਣੀ ਦੀਆਂ ਲਹਿਰਾਂ ਵੀ ਪਾਣੀ। ਗੁਰੂ ਕੀ ਸੰਗਤ ਜਿਵੇਂ ਫੁੱਲ ਤੇ ਫੁੱਲ ਦੀ ਸੁਗੰਧੀ ਵਿੱਚ ਫਰਕ ਨਹੀਂ ਹੋਇਆ ਕਰਦਾ, ਇਵੇਂ ਸੰਤ ਬਾਬਾ ਈਸ਼ਰ ਸਿੰਘ ਤੇ ਪਰਮੇਸ਼ਰ ਵਿੱਚ ਕੋਈ ਭਿੰਨ ਭੇਦ ਨਹੀਂ ਸੀ। ਕੱਲ੍ਹ ਤੁਹਾਡੀ ਸੰਤ ਜੀ ਮਹਾਰਾਜ, ਸੰਤ ਬਾਬਾ ਮੋਹਨ ਸਿੰਘ ਜੀ ਬਚਨ ਕਰਕੇ ਗਏ। ਅਸਾਂ ਬੜੀ ਸੀ ਬੜੇ ਬੜੇ ਛੋਟੇ ਹੁੰਦੇ ਸੀ, ਜਦੋਂ ਮੈਂ ਸੰਤ ਬਾਬਾ ਮੋਹਨ ਸਿੰਘ ਜੀ ਹੋਰਾਂ ਨੂੰ ਬਾਬਾ ਜੀ ਦੇ ਚਰਨਾਂ ਵਿੱਚ ਲੈ ਕੇ ਗਿਆ, ਸੱਚ ਮੁੱਚ ਸਾਧ ਸੰਗਤ ਜੀ, ਉਹਨਾਂ ਦੀ ਇੱਕ ਪਈ ਨਜ਼ਰ ਇਸ ਤਰ੍ਹਾਂ ਬੰਦੇ ਦਾ ਜੀਵਨ ਬਦਲ ਦਿੰਦੀ ਸੀ, ਜਿਵੇਂ ਪਾਰਸ ਨੂੰ ਦੋ ਵਾਰੀ ਲੋਹੇ ਨੂੰ ਟੱਚ ਕਰਨ ਦੀ ਲੋੜ ਨਹੀਂ, ਕਾਂਸੀ ਜਾਂ ਤਾਂਬੇ ਨੂੰ ਦੋ ਵਾਰੀ ਟੱਚ ਕਰਨ ਦੀ ਲੋੜ ਨਹੀਂ, ਜਿਵੇਂ ਪਾਰਸ ਨੂੰ ਪਿੱਤਲ ਦੇ ਨਾਲ ਤਾਂਬੇ ਦੇ ਨਾਲ ਦੋ ਵਾਰੀ ਟੱਚ ਕਰਨ ਦੀ ਲੋੜ ਨਹੀਂ, ਪਾਰਸ ਇੱਕ ਵਾਰੀ ਟੱਚ ਕਰਨ ਦੇ ਨਾਲ ਅੱਠੇ ਧਾਤਾਂ ਸੋਨਾ ਬਣ ਜਾਂਦੀਆਂ ਹਨ। ਇਵੇਂ ਸੰਤ ਮਹਾਰਾਜ ਦੀ ਨਜ਼ਰ
जिदे ते एक बारी पै जांदी सी उहदा जीवन बदल के रख दिंदे। यह हंसा की जोड़ी ए मान सरोवर दे दो गुरु की संगत हंस रूप संत संत बाबा ईशर सिंह ते संत बाबा किशन सिंह ना दो सन अवस्था एक सी शरीर दो सन अवस्था एक सी जे संत ईशर सिंह गुलाब का फुल सी ते संत बाबा किशन सिंह उस फुल की सुगंधी सन। महापुरुष दस के गए ने एक स्थान ते दो संत किवें रह सकते एक रियासत विच दो राजे राज नहीं कर सकते। सियाणियां दी कहावत है एक जंगल दे विच दो बब्बर शेर नहीं रह सकते पर सज्जनों एक म्यान दे विच दो तलवारां नहीं पै सकदियां। पर खालसा जी जे संत बाबा ईशर सिंह गंगा सन ते संत बाबा किशन सिंह उस गंगा दी पवित्र सत्ता सन जे संत बाबा ईशर सिंह चंदन सन संत बाबा ईशर सिंह जे चंदन सन संत बाबा किशन सिंह उस चंदन दी ठंडक सन सुगंधी सन जे गुरु की संगत संत बाबा ईशर सिंह सूरज सन संत बाबा किशन सिंह उस सूरज दी रोशनी सन जे संत बाबा की ईशर सिंह चंद्रमा सन संत बाबा किशन सिंह उस चंद्रमा दी रोशनी सन। खालसा जी दो शरीर सन पर गुरु की संगत इको ही जोत सी वेखण नूं दोसी लगदे इको ही जोत सी वेखण नूं दोसी लगदे इको ही जोत सी धोती लगते इको की जोत सी ओ बेकुण धोती लगते वेखण विच धोती दिसदे वेखण विच धोती वेखण विच धोती दिसदे वेखण विच धोती लगदे वेखण विच धोती लगदे इको ही रूप सीओ वेखण विच धोती लगदे सारी जिंदगी सारा जीवन संत बाबा किशन सिंह जी ते संत बाबा ईशर सिंह जी ने इस तरह बताया। भरावां भरावां का भी झगड़ा हो जाता विथ पै जाती जमीन वंडियां जांदियां ओ सेवा ते जोर देई जांदे। एक समय गर्मी की रुत सी कहिंदे ने मक्कियां खेतां च कड़ियां सन संत बाबा किशन सिंह जी जो सारे ही स्थान की कार सेवा संभालिया करते सन ते सेवादार नाल लेके
ਤੇ ਗੁਰੂ ਕੀ ਸੰਗਤ ਮੱਕੀ ਦੀ ਗੁਡਾਈ ਕਰਨ ਵਾਸਤੇ ਚਲੇ ਗਏ। ਇੱਧਰ ਸ਼ਾਮ ਪਈ ਤੇ ਸੰਤ ਮਹਾਰਾਜ ਜੀ ਟਹਿਲਦੇ ਟਹਿਲਦੇ ਛੋਟੇ ਸੰਤ ਬਾਬਾ ਕਿਸ਼ਨ ਸਿੰਘ ਜੀ, ਛੋਟੇ ਤਾਂ ਕਹਿਣ 'ਚ ਕਿਹਾ ਜਾਂਦਾ ਸਤਸੰਗ ਜੀ, ਮਹਾਤਮਾ ਦੀ ਅੰਦਰੂਨੀ ਅਵਸਥਾ ਨੂੰ ਸਮਝਣਾ ਬੜਾ ਔਖਾ ਹੈ। ਬਾਬਾ ਜੀ ਸੇਵਾਦਾਰਾਂ ਨੂੰ ਖੇਤਾਂ ਵਿੱਚ ਲਾ ਕੇ ਅਤੇ ਸੇਵਾਦਾਰਾਂ ਵਾਸਤੇ ਕੋਈ ਸ਼ਾਮ ਦੇ ਸਮੇਂ ਦੀ ਚਾਹ ਲੈਣ ਵਾਸਤੇ ਆਏ। ਇੱਧਰੋਂ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਟਹਿਲਦੇ ਟਹਿਲਦੇ ਆਏ, ਸੇਵਾਦਾਰ ਮੱਕੀ ਦੀ ਗੁਡਾਈ ਕਰਦੇ ਸੀ, ਵੀ ਕਹਿੰਦੇ ਕੀ ਕਰਦੇ? ਉਹ ਕਹਿੰਦੇ ਬਾਬਾ ਜੀ ਗੁਡਾਈ ਕਰ ਰਹੇ ਹਾਂ। ਬਾਬਾ ਜੀ ਕਹਿ ਗਏ ਮੱਕੀ ਦੀ ਗੁਡਾਈ ਕਰੋ, ਤੁਹਾਡੇ ਵਾਸਤੇ ਚਾਹ ਲੈ ਕੇ ਆਉਂਦੇ ਹਾਂ। ਸੰਤ ਮਾਰ ਲੱਗਣ, ਛੱਡੋ ਪਰ ਗੁਡਾਈ ਕਰ, ਛੱਡੋ ਪਰ ਕੀ ਕਰ ਰਹੇ ਤੁਸੀਂ, ਚਲੋ ਚੱਲ ਕੇ ਨਾਮ ਜਪੋ। ਉਹ ਵਿਚਾਰੇ ਸਾਰੇ ਲੈ ਗਏ, ਜਦ ਜਾ ਕੇ ਗੁਰੂ ਕੀ ਸੰਗਤ ਮਾਫ਼ ਕਰਨ, ਸੰਤ ਮਾਰ ਕਹਿੰਦੇ ਇਸ਼ਨਾਨ ਕਰੋ ਅਤੇ ਨਾਮ ਜਪੋ। ਇੱਧਰੋਂ ਬਾਬਾ ਜੀ ਚਾਹ ਲੈ ਕੇ ਖੇਤਾਂ ਦੇ ਵਿੱਚ ਗਏ ਅਤੇ ਗੁਰੂ ਕੀ ਸੰਗਤ ਅੱਗੇ ਸੇਵਾਦਾਰ ਨਾਲ ਮਿਲਿਆ ਕੋਈ ਵੀ। ਜਦੋਂ ਸੇਵਾਦਾਰ ਨਾਲ ਮਿਲਿਆ ਤਾਂ ਬਾਬਾ ਜੀ ਵਾਪਸ ਮੁੜੇ ਆਏ ਅਤੇ ਅੱਗੇ ਉਹ ਸੇਵਾਦਾਰ ਸਾਰੇ ਸਨ ਜਿਹੜੇ ਸੰਤ ਮਹਾਰਾਜ ਨੇ ਉਹਦੇ ਹੱਥ 'ਚ ਮਾਲਾ ਫੜਾਈਆਂ ਅਤੇ ਬਾਬਾ ਕਿਸ਼ਨ ਸਿੰਘ ਜੀ ਸੰਤ ਮਹਾਰਾਜ ਨੂੰ ਕਹਿੰਦੇ, ਕਹਿੰਦੇ ਇਹਨਾਂ ਨੂੰ ਕੀ ਲਿਆਂਦਾ, ਇਹਨਾਂ ਨੂੰ ਕੀ ਲਿਆਂਦਾ? ਬਾਬਾ ਜੀ ਲੱਗੇ ਕਹਿਣ, ਜੀ ਉੱਥੇ ਆ ਗੁਡਾਈ ਕਰਦੇ ਸਨ ਪੈ। ਸੰਤ ਕਹਿੰਦੇ ਕੰਮ ਕਿੱਦਾਂ ਚੱਲਣਗੇ? ਮਾਫ਼ ਕਰਨਾ ਗੁਰੂ ਕੀ ਸੰਗਤ, ਉਹ ਸਾਰੀ ਜ਼ਿੰਦਗੀ ਸੇਵਾ 'ਤੇ ਜ਼ੋਰ ਦਿੰਦੇ ਰਹੇ, ਉਹ ਸਾਰੀ ਜ਼ਿੰਦਗੀ। ਨਾਮ ਜਪੀਏ ਤਾਂ ਦੂਰ ਹੁੰਦਾ ਦੁੱਖੜੇ, ਸੇਵਾ ਕਰਕੇ ਮਨ ਪਾਈ ਦੇ। ਜਪੀਏ ਤਾਂ ਦੂਰ ਹੁੰਦਾ ਦੁੱਖੜੇ, ਸੇਵਾ ਕਰਕੇ ਮਨ ਪਾਈ ਦੇ। ਨਾਮ ਜਪੀਏ ਤਾਂ ਦੂਰ ਹੁੰਦਾ, ਸੇਵਾ ਕਰਕੇ ਮਨ ਪਾਈ ਦੇ। ਜਪੀਏ ਤਾਂ ਦੂਰ ਹੁੰਦਾ, ਸੇਵਾ ਕਰਕੇ ਮਨ ਪਾਈ ਦੇ। ਨਾਮ ਜਪੀਏ ਤਾਂ ਦੂਰ ਹੁੰਦਾ, ਸਾਰੀ ਜ਼ਿੰਦਗੀ ਸਾਰਾ ਜੀਵਨ ਇਸ ਤਰ੍ਹਾਂ ਬਿਤਾਇਆ ਜਿਵੇਂ ਕਿਸੇ ਦਰਖਤ ਦੀਆਂ ਜੜ੍ਹਾਂ ਸੁੱਕਣ ਦੇ ਨਾਲ ਉਹਦੀਆਂ ਟਾਹਣੀਆਂ, ਉਹਦੇ ਪੱਤੇ ਆਪਣੇ ਆਪ ਹੀ ਸੁੱਕ ਜਾਇਆ ਕਰਦੇ ਹਨ। ਇੱਕ ਜੇ ਜੜ੍ਹਾਂ ਸਨ ਤੇ ਦੂਜਾ ਪੇੜ ਸੀ, ਦੋ ਤਲਵਾਰਾਂ ਇੱਕ ਮਿਆਨ ਵਿੱਚ ਨਹੀਂ ਪੈਂਦੀਆਂ, ਪਰ ਬਾਬਾ ਜੀ ਨੇ ਪਾ ਕੇ ਦੱਸੀਆਂ। ਇੱਕ ਜੰਗਲ ਵਿੱਚ ਦੋ ਸ਼ੇਰ ਨਹੀਂ ਰਹਿੰਦੇ, ਦੋ ਇੱਕ ਅਵਸਥਾ ਦੇ ਦੋ ਸੰਤ ਨਹੀਂ ਰਹਿ ਸਕਦੇ। ਕਿੰਨੇ ਮਹਾਂਪੁਰਸ਼ ਗਏ ਬਚਨ ਕਰਕੇ, ਸੰਤ ਨੂੰ ਸੰਤ ਵੇਖ ਕੇ ਰਾਜੀ ਨਹੀਂ, ਸੰਤ ਨੂੰ ਵੇਖ ਕੇ ਸੰਤ ਖੁਸ਼ ਨਹੀਂ। ਆ ਬੈਠੇ ਨੇ ਮਹਾਂਪੁਰਸ਼ ਸਾਹਮਣੇ, ਕਈ ਵਾਰੀ ਅਸੀਂ ਵੀ ਆਪਸ ਵਿੱਚ ਬੋਲ ਬੁਲਾਰਾ ਹੋ ਜਾਂਦਾ, ਚਾਹ ਇਹਨਾਂ ਨੂੰ ਵੀ ਚਾਹ ਸਾਨੂੰ ਵੀ ਆ, ਫਿਰ ਕਰਦੇ ਕਰਦੇ ਪਿਆਰ ਵਿੱਚ ਕਈ ਗੱਲਾਂ ਹੋ ਜਾਂਦੀਆਂ, ਤਣਾਅ ਹੋ ਜਾਂਦਾ, ਪਰ ਅਖੀਰ ਤੇ ਗੱਲ ਕਿੱਥੇ ਨਿਬੜਦੀ? ਬਾਬਾ ਜੀ ਆਪਾਂ ਕਿਹੜੀਆਂ ਜ਼ਮੀਨਾਂ ਵੰਡਣੀਆਂ, ਬਾਬਾ ਜੀ ਆਪਾਂ ਕਿਹੜੀਆਂ ਜਾਇਦਾਦਾਂ ਵੰਡਣੀਆਂ? ਬਾਬਾ ਜੀ ਨਿਸ਼ਾਨਾ ਤਾਂ ਸਾਡਾ ਇੱਕੋ ਹੀ ਆ ਕਿ ਵੱਧ ਤੋਂ ਵੱਧ ਗੁਰੂ ਘਰ ਦੀ ਸੇਵਾ ਸੰਭਾਲ ਕੀਤੀ ਜਾਏ। ਗੁਰੂ ਕੀ ਸੰਗਤ ਇਹ ਹੈ ਪ੍ਰੇਮ। ਗੱਲ ਤਾਂ ਖਾਲਸਾ ਜੀ, ਜਿੱਥੇ ਬੰਦਾ ਪ੍ਰੇਮ, ਜਿੱਥੇ ਬੰਦਾ ਗੁਰੂ ਨਾਲ ਜੁੜਿਆ, ਜਿੱਥੇ ਬੰਦਾ ਵਾਹਿਗੁਰੂ ਨਾਲ ਜੁੜਿਆ, ਜਿੱਥੇ ਬੰਦੇ ਦਾ ਨਿਸ਼ਾਨਾ ਠੀਕ ਹੋਵੇ, ਏਮ ਠੀਕ ਹੋਵੇ, ਜਿੱਥੇ ਕੋਈ ਜ਼ਿੰਦਗੀ ਲਾਲਚ ਤੂੰ ਪਰੇ ਹੋਵੇ। ਹੁਣ ਇੱਥੇ ਤਾਂ ਨਾ ਬਾਬਾ ਜੀ ਨੇ ਬੱਚੇ ਵਿਆਹੁਣੇ ਨੇ ਅਤੇ ਨਾ ਅਸੀਂ ਵਿਆਹੁਣੇ ਨੇ ਕੋਈ,
पर इतने का निशाना सिर्फ एक ही है खालसा जी उस प्यारे दे बचना ते निभजे कुरान दे नाल मेरी निभजे मेरी निभजे प्यारे नाल मेरी निभजे जी मेरी निभजे नाल मेरी निभजे मेरी निभजे साथी नहीं मिल सकता जो साथी संत महाराज जी जो साथी जीवन साथी संत बाबा किशन सिंह जी मिले। अब बाबा जी बैठे ने घर साह पूछे जाते हैं भरा भरा तू पुछ लेंदा प्यो पुत तू पुछ लेंदा पुत प्यो तू पुछ लेंदा पति पत्नी तू पुछ लेंदा घर वाली पति तू पुछ लेंदी मैं दास को वड्याई नहीं कर रहा। अज तक बाबा जी ने गुरु ग्रंथ साहिब दी हजूरी च बैठने एडा वड्डा त्याग किहदा हो सकदा भला। और एक गल तुहानू मैं बड़ी तुहानू बड़ी हैरान कर देवेगी तुसीं कह रहे हो कि आपां बाबा जी दे चरणां च बैठे उहनां दी याद मना रहे असानू तो खुरली याद आ जदों चार आने का गुड़ आउंदा सी माफ करना चार आने की पत्ती ते एक रुपये का गुड़ आउंदा सी ते पशुआं दी लकड़ी की बनी वह खुरली जिदा चार सवेरे मच्छरदानी तानी होनी तो गुरु की संगत उत्थे एक दो भांडे रखे होंगे असी तो अज भी उत्थे खड़े हैं। यह की हो ही जा रहा है किन्ना क वधना है यह तो पता नहीं किन्ना क वधना है तो महाराज नूं पता संत महाराज दीआं बख्शिशां ने खालसा दी माफ करना जिस तू तह तसे क्या चारा बड़े बड़े अमीर पैदा किए ने जो किसी अमीर नूं कोई कह कि यह गरीब हो जाए किवें हो सकता कह दिओ वाहगुरू उत्थे चारा चल सकता कह दिओ वाहगुरू। बड़े बड़े खूबसूरत लोग तुरे फिरते जो खूबसूरत लोगों नूं वेख के कोई गुरु के संग भद्दे रंग वाला कह कि यह काले रंग का हो जाए किते हो सकता कह दिओ जिस तू दे तसे क्या चारा उत्थे किसी बंदे का चारा नहीं चलता। सज्जनो माफ करना मंजिल फकीरी दी संगत बड़ी औखी घाटियां औखियां चढ़निया पैंदियां ने घाटियां औखियां चढ़निया पैंदियां ने खालसा जी इत्थे कम की दुनिया दियां दौलतां दा फीसां सिरां दियां भरनियां पैंदियां ने ए कुछ नहा नहीं ए कुछ नहा नहीं तरजा हर सोहनी नदियां खून दियां तरनियां पैंदियां ने पैंदे चबणे पैंदे चबने पत्थर रब दे आशकां भुखा लम्मियां जरनियां पैंदियां ने ओए इत्थे काम की चुगलखोर बंदियां दा गल्लां खरियां करनियां पैंदियां ने इत्थे काम की चुगलखोर बंदियां दा गल्लां खरियां करनियां पैंदियां ने। गुरु की संगत ए मरजीवणियां दा मार्ग है माफ करना वह समा भी असी देखिया इतने बड़े बड़े समय आए कई बार ये सिंह क्या करते बैठे ने पिछले पुराने सिंह साढ़े को बाबा जी भी बैठे कहिंदे बाबा जी फलाने संत को फलाने नंबर की गड्डी फलाने को फलानी गड्डी फलाने को फलानी गड्डी दास ने कहा सबर करो सबर समा आऊगा तुसी गड्डिया के टायर नहीं बदलिया करोगे तुहाड़ियां गड्डियां बदल जाया करनगियां खालसा जी। तो गुरु नानक दियां बख्शिशां ने अज तक नहीं पुछया ना महापुरशां ने किन्ना तुहाडे कोल आउंदा ते किन्ना कित्थे जांदा।
पर नवी गल दसदी है एडा त्यागी भी केड़ा होगा। संत जगाधरी वाले बोल रहे सी इन्हां त्याग ते मैं किसे संत की जिंदगी च नहीं देखिया, बथेरे पैर फड़ी दे ने, बथेरियां बेनतियां करी दियां ने, बाबा जी तरस करो कुछ तरस कर लो, ते कपड़े पता केड़े पाए ने जेड़े इस कुत्ते ने चोले लाने ने ना वह छोटे करवा के पाने ने, जेड़े कशहरे उतारने ने वह पाने ने, जड़िया दस्तारा लाउनिया ने वह पाउनिया ने। फिर सज्जनो दसो फिर प्यार किदा ना निभे खालसा जी, प्यार किवें ना निभे। संत महाराज प्यार दी मूर्त सन, संत महाराज प्यार दा समुंदर सन। खालसा जी आम चोले वाला भी आ जांदा ते संत महाराज उस खा के ही प्यार गए। तेरे अज किन्ने महापुरशां ने बख्शिशां कीतियां, खालसा जी माफ करना जे औरत दे जीवन विचों करैक्टर निकल जाए ओदे पल्ले की रह जांदा, जे दुध दे विचों क्रीम निकल जाए खालसा जी उस क्रीम दे उस दुध दे पल्ले की रह जांदा। सज्जनो जे इंसान दे पल्लियों चंगे गुण जा चंगियाई निकल जाए ओदे पल्ले की रह जांदा, जे संत दे अंदरों प्यार निकल जाए ओ संत दे पल्ले की रह जांदा। खालसा जी संत मारे प्यार दा समुंदर सन, बल्ले 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 जेड़ा कोई जांदा एक बारी आ जांदा ना जा संत महाराज दा बन जांदा ते जा महापुरखां नूं अपना बना लैंदा। ए प्यार दी निशानी सी जा कोई महापुरशां दा बन जांदा ते जा महापुरशां नूं अपना बना लैंदा। संत जी महाराज कीर्तनकार सन। एक बारी राणा साहब मैनूं याद आ गुरु की संगत, राणा साहब गुरु की संगत जो संग्राम का दिहाड़ा सी महापुरुष कीर्तन कर रहे सन, बोले बोले संत महाराज संत बाबा किशन सिंह जी लंगर च बैठे सन। तो दास अखी देखी गल संत बाबा किशन सिंह जी ए संत बाबा ईश्वर सिंह जी कीर्तन का समा कीर्तन कर रहा सी, तो संत बाबा किशन सिंह महाराज के पवित्र कन्नों के आवाज पई तो संत महाराज के नेत्रां दे विचों प्यार दे हंझू बह तुरे ते बाबा जी लगे कहन। संगत बैठी सी संत बाबा किशन सिंह महाराज के चरणों च, बाबा जी आप मुहारे संत महाराज बाबा किशन सिंह महाराज के मुँह तो निकलिया कदरे वाह मरदा तैनू दुनिया याद करया करूगी। खालसा जी तैनू दुनिया याद करया करूगी, जिवें कृष्ण महाराज की बंसरी वजदी सी ना, माफ करना गुरु की संगत साहिता आपां भी बजा लैंदे आ, बंसरियां तो दुनिया भी बजाउंदियां। कल भी दास ने एक कीर्तन च बेनती की सी, कहिंदा जद कृष्ण महाराज की बंसरी बजदी गोकल दियां गोपियां कम करना भुल जांदियां, गऊआं घा खाणा छड्ड दिंदियां। स्वामी विवेकानंद हिंदू मत दे बहुत वड्डे महापुरश ने, एक समय कहिंदे स्वामी विवेकानंद जी न्यूयॉर्क गए, न्यूयॉर्क अमरीका च, जदों न्यूयॉर्क अमरीका गए तो स्वामी जी ने कथा शुरू कर दिती कि जब कृष्ण भगवान जी बंसरी बजाते सन उन्हां दी बंसरी दी आवाज सुन के गोकल दियां गोपियां कम कार करना भुल जांदियां, गऊआं घा खाना भुल जांदियां, माफ करना गुरु की संगत ते कृष्ण भगवान के पिछे पिछे लग तुरदियां। कहिंदे हुण अंग्रेज लोग पढ़े लिखे ने बड़े, विवेकानंद भी किहड़े घट सन, कहते लोग लगे कह स्वामी जी ऐसा नहीं हो सकता, इट इज टू डिफिकल्ट, मुश्किल गल भी बंसरी की आवाज सुन के, बंसरी की आवाज सुन के औरत काम करना भुल जान, गऊआं घा खाना भुल जान, गोपियां ते गऊआं कृष्ण महाराज के पिछे पिछे लग तुरन, यह हो नहीं सकता। कहते स्वामी विवेकानंद जी ने बड़ा समझाया ये सच है, अंग्रेज लोग कितने मानते सी, कहते जी सानू दसो फिर किवें सच है, किवें सच है। बढ़िया बढ़िया ने कोशिश की, असी देखते रहे संत महाराज वाला वाजा बजाउण दी, ओ वाजा कितने वजना सजना, ओ वाजा कितने वजना, वह तो वाजा उही सी, ओ वाजा उही सी, ओ तपस्या सी महाराज की, वह आप रब रूप सन निरंकार रूप सन, वाजा कितने वजना। कहते विवेकानंद जी लगे कह लोगों, कहते इंज करना जो तो मेरे तो यकीन नहीं ना,
कि गोपियां काम करना भुल जांदियां, गऊआं घा खाना भुल जांदियां। विवेकानंद जी कहते फिर इंज करो परसों आयो जो परसों, कहते मैं वह बंसरी बजाऊंगा जिहड़ी द्वापर युग में कृष्ण महाराज ने बजाई आ, मैं वह बंसरी बजाऊंगा। लोग हुण सारिआं दा दिल करदा भी असीं वह बंसरी सुणीए, असीं वह बंसरी सुणीए, सारिआं दा दिल करदा भी वह बंसरी किहो जी होगी। कहिंदे न्यूयॉर्क लखां दा कट होया ते स्वामी विवेकानंद नूं उत्थों दे लोग कहिंदे, कहिंदे जी वह बंसरी बजाओ, कहिंदे वजाउंदा वजाउंदा। कहिंदे स्वामी विवेकानंद जी अगे लग के तुर पए, उत्थे दे गोरे गोरियां कहिंदे ने विवेकानंद पिछे पिछे तुरे जांदे, जो लखां दा कट पिछे पिछे तुरे जांदे। बाबा जी कह के हटे ने, कई कह देंदे जी दरियावां दे पाणी किवें रुक जांदे सन, कई कहते पंछी किवें रुक जांदे सन। गल तुहाडी इह तां उही जाणदे ने जिन्होंने देखिया, जिन्होंने देखिया, जिन माफ करना गुरु की संगत जब लग ना देखू अपनी नैनी हो ना मानू गुर की बैणी। कहिंदे स्वामी विवेकानंद जी तुरे जांदे लखां गोरे गोरियां पिछे पिछे। कहिंदे स्वामी विवेकानंद जी एक पहाड़ी ते चढ़ गए ते लोग भी पिछे पहाड़ ते, विवेकानंद जी रुक गए, कहिंदे किधर आए हो? कहिंदे जी उह कृष्ण भगवान की बंसरी सुनण वास्ते आए। कि उस मौके विवेकानंद जी कहिंदे, कहिंदे अजे तां मैं बंसरी वजाई भी नहीं ते तुसी बंदे होके मेरे पिछे पिछे तुरे आउंदे हो, जदू कृष्ण महाराज की बंसरी वजदी होगी वह गऊआं ते वह गोपियां किवें कम छड़ के कृष्ण महाराज के पिछे पिछे दौड़दियां होणगियां, मैं तो बंसरी वजाई भी नहीं। फिर तुसी पढ़े लिखे हो, फिर तुसी पढ़े लिखे हो, असी बंसरी वजाई भी नहीं, तुसी साडे पिछे पिछे तुरे आउंदे हो। कहण लगे मूर्ख विवेकानंद जी, कहण लगे मूर्ख तुसी यह दसो भला मैं कृष्ण भगवान वाली बंसरी बजा सकता? मैं कृष्ण भगवान वाली बंसरी नहीं बजा सकता, मैं तो कृष्ण भगवान की बंसरी की गल कर रहे हैं। सज्जनो असी संत महाराज वाला वाजा नहीं बजा सकते, असी तो उस वाजे की गल कर रहे हैं सतसंग जी, वह वाजा नहीं बजा सकते, उस वाजे की गल गल कर रहे हैं। कहते जो कृष्ण भगवान की बंसरी वजदी ना, कहते लोग छोटे होंदे पढ़िया करते सी नाले बंसरी बजाउंदा रंग रंग दी ते नाले कान गऊआं चारदा बल्ले बल्ले बल्ले, ते कहिंदे जदों भाई मर्दाना रबाब बजाउंदा ते उहदे उहदी रबाब दे विच्चों आवाज निकलदी सी, कदी संत मारदा वाजा उहदी स्टार्टिंग च शुरू च उहदी गुरु किसन ट्यून सुन के देखो ना, उहदे विच्चों आवाज निकलदी केड़ी, जिहड़े जदों भाई मर्दाना आवाज रबा बजाउंदा सी खालसा जी। तन गुरु नानक तुही निरंकार, तन गुरु नानक तुही निरंकार, तन गुरु नानक Oh
ਕਰ संगत उस रबाब दे विचों आवाज निकलती ते जदों महापुरख वड्डे बाजा बजाउंदे प्रभु तपी तेरा जी मैं किश नहीं नख नहीं सपी तेरा जी मैं किश नहीं जी मैं किश नहीं ਬੰਦੇ ਤੇ ਜਿਉਂਦੇ ਜੀ ਕਿਸੇ ਬਹੁਤ ਵੱਡੇ ਸ਼ੁਕਾਰ ਦਾ ਨਾਂ ਦੁਨੀਆਂ ਅੱਗੇ ਪਿੱਛੇ ਲੈ ਕੇ ਵਰਤਦੀ ਰਾਜਿਆਂ ਮਹਾਰਾਜਿਆਂ ਦੇ ਨਾਂ ਉਹਨਾਂ ਦੇ ਜਿਉਂਦੇ ਜੀ ਤੱਕ ਰਹਿੰਦੇ ਉਹਨਾਂ ਦੀ ਸ਼ੋਹਰਤ ਉਹਨਾਂ ਦੀ ਵਡਿਆਈ ਉਹਨਾਂ ਦੇ ਜਿਉਂਦੇ ਜੀ ਤੱਕ ਲੋਕ ਕਰਦੇ ਜਾਣ ਤੋਂ ਬਾਅਦ ਕੋਈ ਯਾਦ ਨਹੀਂ ਕਰਦਾ ਪਰ ਇੱਥੇ ਅੱਜ ਵੀ 30 ਸਾਲ ਜਾਣ ਤੋਂ ਬਾਅਦ हो रही है जी तेरी जय जयकार हो रही है तेरी जय जयकार हो रही है तेरी जयकार हो रही है जी तेरी जय जयकार ਮੰਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕਿ ਕੀਮਤ ਕਹੀ ਨਾ ਜਾਈ ਅੰਮ੍ਰਿਤ ਵੇਲੇ ਰਾਤ ਦੇ 12:05 ਤੇ ਇਸ਼ਨਾਨ ਕਰਨਾ ਤੇ 7 ਘੰਟੇ ਦਾ ਨਿਤਨੇਮ ਸੀ ਅੰਮ੍ਰਿਤ ਵੇਲੇ ਦਾ ਜਾਪ ਗੁਰਮੰਤਰ ਦਾ ਸਮਾਧੀ ਵਸਤਾ ਚਲੇ ਜਾਂਦੇ ਇਲਦੇ ਤੱਕ ਨਹੀਂ ਸਨ ਖਲਤਾ ਦੀ ਅੰਮਾ ਪੁਰਸ਼ ਬੈਠੇ ਨੇ 2 ਦਿਨ ਹੋ ਗਏ ਜਾਗਦਿਆਂ ਨੂੰ ਤੇ ਜੇ ਅੱਗੇ ਪਿੱਛੇ ਸੁੱਤੇ ਰਹਿਣ ਤਾਂ ਫਿਰ ਜਾਗ ਸਕਦੇ ਨੇ ਕਹਿੰਦੇ ਜਾਗ ਸਕਦੇ ਨੇ ਭਿੰਨੀ ਰਹਿਣੜੀਏ ਜਦੋਂ ਦੁਨੀਆਦਾਰਾਂ ਦੀ ਰਾਤ ਪੈਂਦੀ ਮਹਾਂਪੁਰਸ਼ਾਂ ਦਾ ਦਿਨ ਚੜ੍ਹਦਾ ਗੁਰੂ ਕੀ ਸੰਗਤ ਐਨ ਇਸ਼ਕ ਦਰਿਆ ਦਾ ਵਹਿਣ ਡੂੰਘਾ ਇਹ ਗੁਰੂ ਕੀ ਸੰਗਤ ਐਨ ਇਸ਼ਕ ਦਰਿਆ ਦਾ ਵਹਿਣ ਡੂੰਘਾ ਕਿਤੇ ਸੌਖੀਆਂ ਦੇਖ ਕੇ ਭੁੱਲ ਨਾ ਜਾਈ ਇਸ਼ਕ ਵਿਕਦਾ ਤੋਲਿਆਂ ਮਾਸਿਆਂ ਤੇ ਦੁਨਿਆਵੀ ਇਸ਼ਕ ਦੀ ਗੱਲ ਨਹੀਂ ਕੀਤੀ ਇਹ ਰੱਬੀ ਇਸ਼ਕ ਦੀ ਗੱਲ ਕੀਤੀ ਹੈ ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ
विसरिया जिन नाम से पोए पार थी गए। गुरु की संगत ये विकदा तोलिया मासियां ते कित नाल पंसेरियां तुल ना जाई। और बुले शाह इस इश्क दी मारे औखी कित विच बजारां दे रुल ना जाई। गुरु की संगत मरजीवड़ियां रूहां जिन्हां दियां रातां बन गईयां मंपुर क्या करदे सन, जिन्हां दियां रातां बन गईयां उन्हां दा सब कुछ बन गया। पिन्नी रेंदड़िए चमकण तारे राती जागण संत जना मेरे राम प्यारे। नेतनेम होने कैसी चीज है, ये तुसी करके देख लियो। जे सूरज चढ़े तू पहला तुसी नेतनेम कर लिया तो कर लिया, बाद च नहीं जे होना, है बाद च नहीं जे होना। जे इशनान भी तुसी सूरज निकल तू पहला पहला कर लिया ना, आम दुनियावी बंदियां दी मैं गल नहीं करता। इस करके गुरु साहब ने कहा कर इशनान सिमर प्रभ अपना मंतन भय अरोगा, कोट बिघन लाथे प्रभ शरण प्रगट भले संजोगा। संत जी महाराज सारी जिंदगी दो गल्लां ते जोर दिंदे रहे, गुरमुख नाम दान इशनान। अमृत वेले दा इशनान करोगे तुहाडे शरीर नूं कोई भी बीमारी नहीं लगूगी। एक अमरीका दा डॉक्टर लिखदा, वो कहिंदा मैं हैरान सां किहड़े सिख लोग ने कहिंदे ने सूरज निकल तो पहला इशनान करना चाहिए, नहाना चाहिए। कहिंदा मैं हैरान सां कि यह अमृत वेले तो जोर क्यों दिंदे ने, अमृत वेले दे इशनान तो जोर क्यों दिंदे ने। कहिंदा मैं इस सिट्टे ते पुज्जिया जिहड़ा बंदा सूरज निकल तो पहला इशनान करदा उहनूं कैंसर वर्गी ला इलाज बीमारी नहीं हो सकती। अज दुनिया क्यों दुखी आ, सगल सृष्ट को राजा दुखी आ, हर का नाम जपत हो सुखी आ। संत जी अज बोलते बोलते सियासत बोल रहे सी कि बादल साहब आए, बादल साहब कोई सियासी बंदे इत्थे बन के नहीं गए। आप जी ने सुनिया होना कि बादल साहब इत्थे एक श्रद्धालु बन के आए। उन्होंने मेरे ख्याल कोई राजनीति की गल नहीं की, सारी संगत जानती है। कह दो वाहिगुरू तुहाडा की ख्याल है। एक पासे गल राजे जनक दी आ, राजे जनक नूं जदों भगतां विच वड्डा राजा जनक कहा जांदा, उहनूं राजा जनक इस करके वड्डा कहा जांदा भगतां विच वड्डा राजा जनक है, उहने भगती कीती उहनूं तां वड्डा कहा जांदा। कह दिओ वाहिगुरू। नहीं तां राजे तां बड़े होए, रंगजे वर्गे जालम होए, कंस वर्गे जालम होए, माफ करना रावण वर्गे जालम होए, बाली वर्गे होए, उन्होंने नहीं कहा किसी ने भी राजा राजा बाली धन। माफ करना वड्डा, पर गुरु की संगत देखने वाली गल यह है, इतने गल सियासत की नहीं है, इतने तो गल प्रेम की गल आ, प्रेम के सौदे ने। माफ करना गुरु की संगत, रविदास जी की गल लै लो, और गुरु अर्जन दे मरण दसिया कि रविदास जिन्ना त्यागी कोई होया ही नहीं। आप हम जो त्याग की गल करिए, ढोर टवंता रविदास, कह दो ढोर टवंता रविदास, तीन त्यागी माया, तीन त्यागी माया। एडा वड्डा माया का त्यागी, चमार होकर जुत्तियां गणता, ढोर टवंता रविदास, तीन त्यागी माया। प्रगट होवा साध संग तिन दर्शन पाया, प्रगट होवा साध संग तिन दर्शन पाया। रविदास जी दरियाए गंगा दे कंढे बैठे जुतियां गंढते ने, कहिंदे अपनी बाणी च कहिंदे चमरट्टा गांठ ना जनही, चमरट्टा गांठ ना जनही, लोह गठावा पनही। कहिंदे मैनू मैं जात दा चमार हां, मैनू जुतियां नहीं गंढणियां आउंदियां, फिर भी लोग मैथों जुतियां कढ़ाऊ कठाउंदे। एडा वड्डा त्याग, कहिंदा परमेश्वर ने सोचिया, भगवान ने सोचिया, मेरा भगत यह अजे भी लोगों दी जुतियां गंढी जांदा, इहनूं मेरे ददार हो गए, सब कुछ हो गया। परमेश्वर ने सोचिया भी यह तो कोई बख्शिश करनी चाहिए। जदों कहिंदा दरियाए गंगा के कंढे ते बैठ के बोरी वगैरा विछा के, जिहनूं आसन भी कह दिंदे आ, रविदास जी कहिंदे जदों बैठ जांदे तां गुरु की संगत जो शाम के समय बोरी चकदे उहदे थल्ले गुरु की संगत पंज सोने दियां मोहरां निकलदियां। हुण इच्छा तां है ही नहीं, सेवा करत होए नकामी तिसको होत प्राप्त,
जिसको हो तो प्राप्त उन्हें चाहता है ही नहीं, कोई निरछित ने कहते मोहरा चकनिया तो चक के दरिया गंगा छुड़ दे। एक समय भगवान ने सोचा भी आ पांच सोने दियां मोहर ये आसन थले निकल दियां ये चक के दरिया गंगा छड़ दिंदा ते कम किवें होणगे। बच्चों का तुहानू किन्ना फिक्र, एक बारी कह दिओ वाहिगुरू। महापुरश बैठे ने सारे ही समा भी ला के गए ने, बच्चों का किन्ना फिक्र है। बच्चे नूं अपने आप का फिक्र होंदा, मां बाप नूं बच्चों का फिक्र, उहदे कपड़े लत्ते का फिक्र, खाण का फिक्र, पाण का फिक्र। इवें कहिंदा भगवान नूं भी अपने भगतां का फिक्र है। एक समय भगवान ने सोचा भी एडा वड्डा त्यागी, सोचा भी इहदा रविदास का कम किवें चलेगा। भगवान एक कहिंदे पंडित रूप धारण करके ते रविदास भगत दे कोल आ गए। आप जुत्तियां गंढ रहे सी, लगे कहन जी एक पारस का टुकड़ा है जी, भगत जी इहनू मैं दरिया तीर्थां दे दर्शन करन वास्ते चले हाँ, तो इहनू अपने कोल रख लो तो समय पा के लै जूंगा। परमेश्वर ने गुण समझा दिते रविदास जी, ये पारस का टुकड़ा अट्ठा धातां नू टच कर जे, टच कर जे छू जाए माफ करना गुरु की संगत यह सोना बना देंदा। आख्या जो जरूरत पवे तो इन वर्त भी लियो जी। दिखाता की कहते लिया असर दिखाइए, प्रभाव दिखाइए। रविदास दे कोल जिन्ना भी वह ठोक ठोकइए का समान से, जिन्हें जुत्तियां गंढते सूआ वगैरह रंबी तेसी, वह भगवान जो पंडित रूप च आया से उन्हें सा वह पारस का टुकड़ा रविदास के अयारा ना लाया, सारे सोने के बन गए। रविदास रोंदा भगवान कहता तैं तो मेरा काम ही खराब करता, क्योंकि सोना नरम होता। हुण सोने दे सूआ, सोने का सूआ कदे भी चमड़े नू सी नहीं सकता, गंढ नहीं सकता। रविदास रोंदा कहता भगवान तू तो मेरे भी यार खत्म कर दते, मेरे भी यार खराब कर दते, मैंने तो ओहो दे चाहिए सन जिहो जे पहला सन। भगवान ने आख्या छत च, रविदास ने आख्या मेरे छप्पर की छत च रख जा। कहिंदा छे महीने हो बीत गए, तो रविदास ने झाके नहीं उत्ते जाले पै जम गए। तो जदों भगवान वापस आया, हुण साडे वर्गा हुंदा तो मेरे ख्याल गड्डियां सोने दियां बना दिंदा, टच ही करना जी होर की करना सी, टच ही करना दी होर की करना सी। वह भगत रविदास जी के बारे भाई साहब भाई गुरदास ने दसिया, भगत भगत जग वजिया चौं चक्कां विच चमरेटा। वह भगत रविदास की जिहड़ी चढ़दी कला सी सिर्फ नाम करके सी, सिर्फ भजन करके सी। संत महाराज संत बाबा ईशसर राड़े वाले अज भी राड़ा साहब की उस पवित्र धरती दियां सुगंधियां मन नूं मोह लैंदियां ने। खालसा जी महापुरश राड़े वाले जिन्हां दी इन्नी तपस्या, बल्ले बल्ले बल्ले। एक बारी संत बाबा अतर सिंह महाराज नूं, संत बाबा अतर सिंह महाराज नूं इन्नी दिनी संत बाबा किशन सिंह, संत बाबा ईश्वर सिंह जी, गुरु किचन संत बाबा अतर सिंह रेरू साहब वाले के चरणों च रेंदे सन। आपस में प्यार बड़ा सी। सर्दी के दिन संत जी महाराज के कन्नां दे विचों पानी चोवे, जिन्हों रेशा कह दें, अखां चों पानी वगे पिया, शरीर बड़े कमजोर हो गया, कमजोर हो गया महापुरशां दा। तो जो संत महाराज संत बाबा अतर सिंह महाराज के चरणों संत बाबा अतर सिंह रेरू साहब वाले पुजे, तो बाबा अतर सिंह महाराज की नज़र संत बाबा ईश्वर सिंह महाराज के नेत्रां ते पई, नेत्रां चों जल जा रहा है, कन्नां दे विचों रेशा वग रहा है। तो संत बाबा अतर सिंह जी महाराज लगे कहण, संत बाबा अतर सिंह नूं लगे कहण, वीर अतर सिंह आ पचंगी दियां अखां विचों जल वग रहा है, कन्नां दे विचों रेशा वग रहा है, कोई दुआ दारू करवाउणा सी। उस मौके संत अतर सिंह महाराज ने कहा सी, आख्या सी वीर अतर सिंह यह कोई नेत्रां चों जल नहीं चाहुंदा, यह कन्नां विचों रेशा नहीं चाहुंदा, यह ते भांडा पिया साफ हुंदा है, इस भांडे च कोई समा आउण ते वस्तु पाउणी है। खालसा जी ये तो भांडा पिया साफ हुंदा। संत बाबा अतर सिंह मस्तू माने वाले जिन्हां नूं 20वीं सदी के अवतार मन्ने आ। सज्जणो जे कदी राड़ा साहब जाइए ना, राड़ा साहब, राणा साहब के नेड़े अहमदगढ़ पिंड के नेड़े एक पिंड पै, अहमदगढ़ कस्बा वो नेड़े एक पिंड पैंदा। सारी जिंदगी संत बाबा अतर सिंह महाराज
ਕਹਿੰਦੇ ਨੇ ਅਹਿਮਦਗੜ੍ਹ ਤੋਂ ਇੱਧਰ ਰਾੜਾ ਸਾਹਿਬ ਨੂੰ ਨਹੀਂ ਵਧੇ। ਇੱਕ ਵਾਰੀ ਪਿੰਡਾਂ ਦੇ ਲੋਕਾਂ ਨੇ ਬੇਨਤੀ ਕੀਤੀ, ਬਾਬਾ ਜੀ ਕਿਤੇ ਸਾਡੇ ਨਗਰਾਂ 'ਚ ਵੀ ਕੀਰਤਨ ਲਾਓ, ਚਰਨ ਪਾਓ। ਬਾਬਾ ਜੀ ਲੱਗੇ ਕਹਿਣ, ਪ੍ਰੇਮੀਓ ਤੁਹਾਡੇ ਨਗਰਾਂ ਵਿੱਚ ਕੀਰਤਨ ਕਰਨ ਦੀ ਕੀ ਲੋੜ ਆ, ਤੁਹਾਡੇ ਨਗਰਾਂ ਦੇ ਵਿੱਚ ਉਹ ਮਹਾਂਪੁਰਸ਼ ਆਵੇਗਾ ਜਿਹੜਾ ਕੀਰਤਨ ਦੀਆਂ ਝੜੀਆਂ ਲਾ ਦੂਗਾ ਸਮਾਂ ਆਉਣ 'ਤੇ। ਕੀਰਤਨ ਦੀਆਂ ਝੜੀਆਂ ਲਾ ਦੂਗਾ ਝੜੀਆਂ। ਉਹ ਬਿਰਸੰਤ ਜੀ ਮਹਾਰਾਜ ਆਏ, ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ, ਜਿਹਨਾਂ ਕੋਲ ਰਹਿਣਾ ਬੜਾ ਮੁਸ਼ਕਲ ਸੀ ਖਾਲਸਾ ਜੀ, ਮਾਫ ਕਰਨਾ ਗੁਰੂ ਕੀ ਸੰਗਤ ਇੰਨੀ ਕਠਿਨ ਤੀਕਸ਼ਣ ਤਪੱਸਿਆ। ਸੰਤ ਬਾਬਾ ਅਤਰ ਸਿੰਘ ਮਸਤੂਆਂ ਨੇ ਬਚਨ ਕਰਿਆ ਕਰਦੇ, ਕੀਰਤਨ ਕਰਦੇ ਕਰਦੇ ਬਚਨ ਕਰਿਆ ਕਰਦੇ, ਕਹਿੰਦੇ ਸੰਤ ਤਾਂ ਬੜੇ ਨੇ, ਕੋਈ ਪਰਮਹੰਸ ਸੰਤ ਕੋਈ ਆ, ਪਰਮਹੰਸ ਸੰਤ ਕੋਈ ਆ, ਸੰਤ ਤੇ ਬੜੇ ਨੇ, ਬੜੇ ਨੇ ਸੰਤ। ਸੰਤ ਜੀ ਬੈਠੇ ਨੇ, ਕੀਰਤਨ ਕਰ ਰਹੇ ਸੀ ਸੰਤ ਮੋਹਨ ਸਿੰਘ ਬਰਾੜੇ ਵਾਲੇ। ਬਰਾੜਾ ਪੈਂਦਾ ਜਮੁਨਾ ਨਗਰ ਦੀਆਂ ਜੜ੍ਹਾਂ 'ਚ, ਸੰਤ ਜੀ ਨੂੰ ਪਤਾ ਹੀ ਇਹਨਾਂ ਦੇ ਇਲਾਕੇ 'ਚ ਨੇੜੇ ਹੀ ਪੈਂਦਾ। ਸੰਤ ਬਾਬਾ ਮੋਹਨ ਸਿੰਘ ਬਰਾੜੇ ਵਾਲੇ, ਸੰਤ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਨੇ। 9 ਮਾਘ ਦਾ ਮੇਲਾ ਮੇਰੇ ਅੱਖੀ ਵੇਖੀ ਗੱਲ ਹੈ ਖਾਲਸਾ ਦੀ, ਇੱਕ ਹੁੰਦੀ ਜੱਗ ਬੀਤੀ, ਇੱਕ ਹੁੰਦੀ ਹੱਡ ਬੀਤੀ। ਜ਼ਿਕਰ ਕਰ ਰਹੇ ਸਨ ਤਿਆਗੀ ਸਨ। ਕਹਿੰਦੇ ਸੰਤ ਬਾਬਾ ਮੋਹਨ ਸਿੰਘ ਬਰਾੜੇ ਵਾਲੇ, ਗੁਰੂ ਕੀਰਤਨ ਦੇ ਅੱਖੀ ਦੇਖੀ ਗੱਲ ਆ, ਬਚਨ ਕਰਦੇ ਕਰਦੇ ਲੱਗੇ ਕਰ ਗੁਰੂ ਦੀ ਸੰਗਤ, ਅੱਜ ਕਿਸੇ ਨੇ ਰਾਜੇ ਜਨਕ ਦੇ ਦਰਸ਼ਨ ਕਰਨੇ ਨੇ, ਸੰਗਤ ਇੱਕਦਮ ਚਕੰਨੀ ਹੋ ਗਈ। ਹਾਂ ਬਾਬਾ ਜੀ, ਰਾਜੇ ਜਨਕ ਦੇ ਦਰਸ਼ਨ? ਬਾਬਾ ਜੀ ਕਹਿੰਦੇ ਹਾਂ, ਸੰਤ ਮੋਹਨ ਸਿੰਘ ਕਹਿੰਦੇ ਹਾਂ। ਦੂਜਾ ਬਚਨ ਸੀ ਵੀ ਕਿਸੇ ਨੇ ਰਾਜੇ ਜਨਕ ਦੇ ਦਰਸ਼ਨ ਕਰਨੇ। ਖਾਲਸਾ ਜੀ ਜਦੋਂ ਦੂਜਾ ਬਚਨ ਕੀਤਾ ਤੇ ਸੰਗਤ ਨੇ ਕਿਹਾ ਜੀ ਕਰੋ ਕਿਰਪਾ, ਤੇ ਸੰਤ ਮੋਹਨ ਸਿੰਘ ਜੀ ਲੱਗੇ ਕਹਿਣ, ਜਿਹਨੇ ਰਾਜੇ ਜਨਕ ਦੇ ਦਰਸ਼ਨ ਕਰ ਰਹੇ ਨੇ, ਸੰਤ ਬਾਬਾ ਈਸ਼ਵਰ ਸਿੰਘ ਰਾੜਾ ਸਾਹਿਬ ਵਾਲੇ ਸੰਤਾਂ ਦੇ ਦਰਸ਼ਨ ਕਰ ਲਏ। ਖਾਲਸਾ ਜੀ, ਇੱਧਰ ਸੰਤ ਬਾਬਾ ਅਤਰ ਸਿੰਘ ਮਸਤੂ ਵਾਲੇ ਮਹਾਂਪੁਰਖ ਕਿਆ ਕਰਦੇ, ਸੰਤ ਤਾਂ ਬੜੇ ਪਰ ਪਰਮਹੰਸ ਸੰਤ ਕੋਈ ਕੋਈ ਆ, ਕੋਈ ਕੋਈ। ਖਾਲਸਾ ਜੀ ਕਹਿੰਦਾ ਗੁਰੂ ਕੀ ਸੰਗਤ, ਸਮਾਂ ਬੀਤਦਾ ਤੁਰਿਆ ਜਾਂਦਾ, ਸੰਗਤਾਂ ਬੇਨਤੀਆਂ ਕਰਦੀਆਂ, ਬਾਬਾ ਜੀ ਕਰੋ ਕਿਰਪਾ, ਕਿਸੇ ਪਰਮਹੰਸ ਸੰਤ ਦੇ ਦਰਸ਼ਨ ਕਰਾਓ। ਕਹਿੰਦੇ ਸਮਾਂ ਆਏਗਾ, ਕਰਵਾਵਾਂਗੇ। ਫਿਰ ਕਹਿੰਦੇ ਸਮਾਂ ਜਦੋਂ ਵੀ ਬਣਦਾ ਤੇ ਇਹੋ ਗੱਲ ਕਹਿੰਦੇ, ਸੰਤ ਤਾਂ ਬੜੇ ਨੇ ਖਾਲਸਾ ਜੀ ਪਰ ਪਰਮਹੰਸ ਸੰਤ ਕੋਈ ਕੋਈ ਆ। ਹੁਣ ਸੰਗਤਾਂ ਦੀ ਸ਼ਰਧਾ ਸੀ, ਸੰਤ ਅਤਰ ਸਿੰਘ ਮਸਤੂ ਵਾਲੇ ਮਹਾਂਪੁਰਸ਼ਾਂ ਦੇ ਪ੍ਰਤੀ ਬੜੇ ਬੜੇ ਕਮਾਈਆਂ ਵਾਲੇ ਮਹਾਂਪੁਰਖ ਆਏ ਨੇ। ਮੈਂ ਹੁਣ ਵੀ ਕੋਈ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆ ਕੇ ਕੀਰਤਨ ਕਰੇ, ਮੈਂ ਉਸ ਮਹਾਂਪੁਰਸ਼ ਨੂੰ ਬੇਨਤੀ ਕਰੂੰਗਾ, ਮੇਰੀ ਸੰਤਾਂ ਦੇ ਸਾਹਮਣੇ ਵਡਿਆਈ ਨਾ ਕਰਿਆ ਕਰੋ, ਕਿਉਂਕਿ ਉਹ ਮੈਨੂੰ ਚੰਗੀ ਨਹੀਂ ਲੱਗਦੀ। ਉਹਦਾ ਕਾਰਨ ਇੱਕ ਦੂ ਇੱਕ ਚਿੜਨ ਦੀਆਂ ਮਾਣ ਨਾ ਕਰੀਏ, ਮਾਣ ਨਾ ਕਰੀਏ, ਇੱਕ ਦੂ ਇੱਕ ਚਿੜਨ ਦੀਆਂ ਮਾਣ ਨਾ ਕਰੀਏ, ਮਾਣ ਨਾ ਕਰੀਏ, ਮਾਣ ਨਾ ਕਰੀਏ, ਮਾਣ ਨਾ ਕਰੀਏ, ਇੱਕ ਦੂਏ ਤੇ ਚੜਨ ਦੀਆਂ ਮਾਣ ਨਾ ਕਰੀਏ, ਮਾਣ ਨਾ ਕਰੀਏ, ਕਰੀਏ ਮਨ ਨਾ ਕਰੀਏ, ਮਨ ਨਾ ਕਰੀਏ, ਮਨ ਕਰੀਏ, ਮਨ ਕਰੀਏ, ਮਨ ਕਰੀਏ, ਮਨ ਨਾ ਕਰੀਏ,
रहन सवाइयां च आके बैठते रहे वह समा दूर नहीं जो तुहाडा दुनिया ते आना सबला हो जाएगा। ये रहन सबाई हर दिन रहन कीर्तन गाइए, बौड़ ना जोनी पाइए, रहन सबाई कीर्तन सारी रात का कीर्तन। ये कहिंदा कित्थे चलिया सी पहली वारी जदों कलगीधर पातशाह का परिवार दरियाए सरसा के कंडे ते विछड़ गया ते गुरु साहब पुत्रां दे दानी सरबंस दानी पिता दरियाए सरसा दे कंडे ते बैठ के संगतां दे विच सारी रात कीर्तन करदे रहे। कलयुग में कीर्तन प्रधाना, गुरमुख जपिए लाए ध्याना, कीर्तन सुनन वाला कीर्तन करन वाला। मारे कहिंदे आप तरे, सारे पढ़ो आप तरे, सगले कुल तारे दरगे पथ जाएंदा, नाम दे जपन कीर्तन करन वाला कीर्तन सुनन वाला आप तो तरद अपनिया सारिया कुला तार के अंतम समय बड़े मान ते सत्कार सच खंड च जांदा। ऐसा कीर्तन कर मन मेरे, ऐसा कीर्तन कर मन मेरे, इहा उहा जो काम तेरे, जेड़ा इस दुनिया च भी ते अगली दुनिया विच भी जिन्हें तेरे काम आना। आप बड़े समय तो आनंद माण रहे हो, जेड़े राहां तू चल के आए उन्हां राहां दा दी मिट्टी जे फड़ के धूड़ी जे फड़ के मत्थे नूं ला लईए तद भी थोड़ी गल है। ਤੁਹਾਡਾ ਸਾਰੀਆਂ ਹੀ ਸੰਗਤਾਂ ਦਾ, ਦੂਰੋਂ ਨੇੜੇ ਚੱਲ ਕੇ ਆਈਆਂ ਸੰਗਤਾਂ ਦਾ, ਦਾਸ ਵੱਲੋਂ, ਬਾਬਾ ਮੋਹਨ ਸਿੰਘ ਵੱਲੋਂ, ਸਾਰੇ ਸਥਾਨ ਦੇ ਸੇਵਾਦਾਰਾਂ ਵੱਲੋਂ ਆਪ ਜੀ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ। ਗੁਰੂ ਕਰੇ ਕਿਰਪਾ, ਤੁਸੀਂ ਵਸਦੇ ਰਹੋ, ਤੁਹਾਡੇ ਹੱਸਦੇ ਰਹੋ, ਤੁਹਾਡੀ ਚੜ੍ਹਦੀ ਕਲਾ ਰਹੇ, ਅਸੀਂ ਦੇਖਦੇ ਰਹੀਏ। ਜਿਹੜੀਆਂ ਜਿਹੜੀਆਂ ਮਨੋ ਸ਼ੁਭ ਕਾਮਨਾ ਮਨੋ ਸ਼ੁਭ ਕਾਮਨਾਵਾਂ ਤੁਸੀਂ ਲੈ ਕੇ ਆਇਓ, ਗੁਰੂ ਨਾਨਕ ਪਾਤਸ਼ਾਹ ਤੁਹਾਡੀਆਂ ਸਾਰਿਆਂ ਦੀਆਂ ਝੋਲੀਆਂ ਬਖਸ਼ਿਸ਼ ਦੇ ਨਾਲ ਭਰਨ। ਅੰਮ੍ਰਿਤ ਵੇਲੇ ਦਾ ਸਮਾਂ ਹੈ, ਹੁਣ ਇੱਕ ਅੱਧਾ ਪ੍ਰੋਗਰਾਮ ਜਿਹੜਾ ਤੁਹਾਨੂੰ ਸਕੱਟਰੀ ਦੱਸੂਗਾ, ਅੱਗੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਰੱਖੇ ਸਹਿਜ ਪਾਠਾਂ ਦੇ ਭੋਗ ਪਾਏ ਜਾਣਗੇ। ਇੱਕ ਗੱਲ ਨਾ ਭੁੱਲਣਾ, ਨਦੀ ਨਾਵ ਸੰਜੋਗੀ ਮੇਲੇ ਸੱਜਣੋ ਪਿਛਲੇ ਸਾਲ ਦੀਆਂ ਕਈ ਰੂਹਾਂ ਅੱਜ ਨਜ਼ਰ ਨਹੀਂ ਆਉਂਦੀਆਂ, ਅਗਲਾ ਸਾਲ ਪਤਾ ਨਹੀਂ ਕਿਸੇ ਨੇ ਵੇਖਣਾ ਜਾਂ ਨਹੀਂ ਵੇਖਣਾ। ਜ਼ਿੰਦਗੀ ਦੀ ਤੰਦ ਨੇ, ਜੀਵਨ ਦੀ ਇਸ ਪੀਂਘ ਨੇ, ਪਤਾ ਨਹੀਂ ਕਦੋਂ ਕਿਸ ਵੇਲੇ ਲੰਮੇ ਹੁਲਾਰੇ ਖਾ ਕੇ ਇਹਨੇ ਟੁੱਟ ਜਾਣਾ ਹੈ। ਅਰਦਾਸ ਵਿੱਚ ਸਾਰਿਆਂ ਨੇ ਸ਼ਾਮਿਲ ਹੋਣਾ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਆਪਣੇ ਘਰਾਂ ਨੂੰ ਜਾਣਾ। ਗੁਰੂ ਕਿਰਪਾ ਕਰੇ, ਤੁਹਾਡੀ ਚੜ੍ਹਦੀ ਕਲਾ ਰਹੇ, ਸਿੱਖੀ ਰਹੀ ਗਰੀਬਾਂ ਦੇ, ਇਹ ਪਲੀ ਗਰੀਬਾਂ ਦੇ, ਇਹ ਜੰਮੀ ਗਰੀਬਾਂ ਦੇ, ਇਹ ਵਧੀ ਗਰੀਬਾਂ ਦੇ ਘਰੇ, ਇਹਨੇ ਬੜੇ ਬੜੇ ਪਲਟੇ ਖਾਧੇ, ਕਿਤੇ ਰਾਏਪੁਰ ਦੀ ਤਲਵੰਡੀ, ਕਿਤੇ ਕਿਤੇ ਇਹਨੂੰ ਹਰਿਮੰਦਰ ਸਾਹਿਬ ਦੇ ਤਖ਼ਤ ਦਾ ਆਨੰਦ ਮਾਣਨ ਦਾ ਪੰਜਵੇਂ ਸਰੂਪ 'ਚ ਮੌਕਾ ਮਿਲਿਆ, ਕਿਤੇ ਇਹਨੂੰ ਤੱਤੀਆਂ ਤਵੀਆਂ 'ਤੇ ਬਹਿਣਾ ਪਿਆ, ਕਿਤੇ ਪਟਨਾ ਸਾਹਿਬ ਦਾ ਤਖ਼ਤ, ਕਿਤੇ ਆਨੰਦਪੁਰ ਦਾ ਤਖ਼ਤ, ਅਤੇ ਫਿਰ ਇਹਨੂੰ ਕਿਤੇ ਮਾਛੀਵਾੜੇ ਦਾ ਜੰਗਲ, ਟਿੰਡ ਦਾ ਸਰਾਣਾ ਅਤੇ ਰੋੜਾਂ ਦੀ ਸੇਜਾਂ ਦੇ ਉੱਤੇ ਇਹਨੂੰ ਮਿੱਤਰ ਪਿਆਰੇ ਨੂੰ ਹੋਏ ਹਾਲ ਮਰੀਦਾਂ ਦਾ ਕਹਿਣਾ, ਤੁੱਦ ਬਿਨ ਰੋਗ ਰਜਾਈਆਂ ਦੇ ਉੱਡਣ ਨਾਗ ਨਿਵਾਸਾਂ ਦੇ ਰਹਿਣਾ। ਇਸੇ ਤਰ੍ਹਾਂ ਬਖਸ਼ਿਸ਼ਾਂ ਕਰਦੇ ਰਹੋਗੇ, ਇਸੇ ਤਰ੍ਹਾਂ ਨਿਵਾਜਦੇ ਰਹੋਗੇ ਗੁਰੂ ਦੀ ਸੰਗਤੇ, ਤੁਸੀਂ ਸੁਖੀ ਵਸੋ, ਤੁਹਾਡੀ ਚੜ੍ਹਦੀ ਕਲਾ ਰਹੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿਹੜੇ ਮਹਾਂਪੁਰਸ਼ ਆਏ ਨੇ ਉਹਨਾਂ ਮਹਾਂਪੁਰਸ਼ਾਂ ਵਾਸਤੇ ਤਾਂ ਮੇਰੇ ਕੋਲ ਕੋਈ ਬੋਲ ਹੀ ਨਹੀਂ ਕਿ ਮੈਂ ਕਿਹੜੇ ਬੋਲਾਂ ਨਾਲ ਉਹਨਾਂ ਦਾ ਧੰਨਵਾਦ ਕਰ ਸਕਾਂ। ਮੈਂ ਇੰਨਾ ਕਿਤੇ ਜ਼ਰੂਰ ਕਹਿ ਸਕਦਾ, ਮਹਾਂਪੁਰਸ਼ੋ ਮਹਾਂਪੁਰਸ਼ੋ ਹਮੇਸ਼ਾ ਹੀ ਬਖਸ਼ਿਸ਼ ਕਰਦੇ ਰਹਿਣਾ ਅਤੇ ਇਸੇ ਤਰ੍ਹਾਂ ਹੀ ਦਰਸ਼ਨ ਦਿੰਦੇ ਰਹਿਣਾ। ਬਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।